ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਪਏ ਹੋ ਉਸਤਾਦ ਜ਼ਹੀਰ ਅਬਾਸ ਓਫੀਸ਼ਲ, ਤੁਹਾਡਾ ਭਾਈ ਵੀਰ ਜ਼ਹੀਰ ਅਬਾਸ। ਅੱਜ ਇੱਕ ਨਵੇਂ ਟੋਪਿਕ, ਨਵੀਂ ਵੀਡੀਓ ਅਤੇ ਨਵੀਆਂ ਗੱਲਾਂ ਨਾਲ ਹਾਜ਼ਰ ਹੈ। ਅਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਵਾ ਉਹਨਾਂ ਦਾ ਦਿਲੋਂ ਥੈਂਕਸ, ਸ਼ੁਕਰੀਆ। ਤੁਸੀਂ ਬੜਾ ਦਾਵਨ ਕਰਦੇ ਪਏ ਹੋ। ਅਤੇ ਜਿਹੜੇ ਵੀਰ ਨਵੇਂ ਜੁੜੇ ਨੇ, ਨਵੇਂ ਵੀਵਰ, ਉਹਨਾਂ ਅੱਗੇ ਰਿਕੁਐਸਟ ਆ, ਦਰਖਾਸਤ ਆ ਕਿ ਸਾਡੇ ਚੈਨਲ ਉਸਤਾਦ ਜ਼ਹੀਰ ਅਬਾਸ ਓਫੀਸ਼ਲ ਨੂੰ ਸਬਸਕ੍ਰਾਈਬ ਅਤੇ ਗੈਂਟੀ ਵਾਲੇ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਡੇ ਕੋਲ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਪਹੁੰਚੇ ਅਤੇ ਹਰ ਨਵੀਂ ਰੋਜ਼ ਆਉਣ ਵਾਲੀ ਵੀਡੀਓ ਸਾਰਿਆਂ ਤੋਂ ਪਹਿਲੇ ਤੁਸੀਂ ਸੁਣੋ। ਅਤੇ ਅੱਜ ਵੀਰ ਜੀ ਤੁਹਾਨੂੰ ਦੱਸਾਂਗੇ, ਬੜੇ ਕਮੈਂਟ ਆ ਰਹੇ ਸੀ, ਦੋ ਤਿੰਨ ਦਿਨ ਹੋ ਗਏ ਵੀਡੀਓ ਨਹੀਂ ਬਣਾ ਸਕੇ, ਥੋੜ੍ਹੀ ਤਬੀਅਤ ਖਰਾਬ ਸੀ, ਲੇਕਿਨ ਅੱਜ ਮਾਸ਼ਾਅੱਲਾ ਤਬੀਅਤ ਠੀਕ ਹੈ ਅਤੇ ਅੱਜ ਅਸੀਂ ਹਾਜ਼ਰ ਹੋਏ ਹਾਂ ਭਰਾਵਾਂ ਦੀ ਖਿਦਮਤ ਵਿੱਚ। ਚਾਰ ਪੰਜ ਦਿਨਾਂ ਤੋਂ ਕਮੈਂਟ ਆ ਰਹੇ ਸੀਗੇ ਕਿ ਤੁਸੀਂ ਦੇਸੀ ਗੋਲੀ ਦੱਸੀ ਆ, ਦੇਸੀ ਪਲੱਸ ਮੈਡੀਸਨ ਵੀ ਦੱਸੋ, ਮੈਡੀਸਨ ਦੇਸੀ ਮਿਕਸ ਗੋਲੀ ਦੱਸੋ। ਅਤੇ ਵੀਰ ਜੀ ਇੱਕ ਦੋ ਹੋਰ ਬੰਦਿਆਂ ਨੇ ਕਮੈਂਟ ਕੀਤੇ ਆ, ਇੱਕ ਤਾਂ ਵੀਰ ਜੀ ਸਾਰੇ ਵੀਰਾਂ ਦਾ ਸ਼ੁਕਰੀਆ ਅਦਾ ਕਰਨੇ ਆ ਜਿਹੜੇ ਬਾਹਰ ਦੇ ਮੁਲਕ ਬੈਠੇ ਆ, ਉਹਨਾਂ ਨੇ ਵੀ ਸਾਨੂੰ ਬੜੀ ਮੁਹੱਬਤ ਦਿੱਤੀ ਆ, ਬੜਾ ਦਾਵਨ ਕੀਤਾ ਵਾ ਸਾਡੇ ਨਾਲ, ਸਾਡੇ ਚੈਨਲ ਨਾਲ ਬੜਾ ਦਾਵਨ ਕੀਤਾ ਵਾ। ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਾਲਿਆਂ ਦਾ ਵੀ ਅਸੀਂ ਦਿਲੋਂ ਥੈਂਕਸ, ਸ਼ੁਕਰੀਆ ਕਰਨੇ ਹਾਂ। ਖਾਸ ਤੌਰ 'ਤੇ ਚੜ੍ਹਦੇ ਪੰਜਾਬ ਵਾਲੇ ਵੀਰ ਸਾਡੇ ਨਾਲ ਬੜਾ ਦਾਵਨ ਕਰਦੇ ਪਏ ਨੇ, ਉਹਨਾਂ ਦਾ ਬੜਾ ਹੱਥ ਆ ਸਾਡੇ ਚੈਨਲ ਵਿੱਚ ਕਰਨ ਦਾ ਤਾਵਨ, ਅਤੇ ਉਹਨਾਂ ਦਾ ਅਸੀਂ ਦਿਲੋਂ ਸ਼ੁਕਰੀਆ ਅਦਾ ਕਰਨੇ ਹਾਂ। ਇੱਕ ਕਮੈਂਟ ਆਇਆ ਵਾ, ਇੱਕ ਚੜ੍ਹਦੇ ਪੰਜਾਬ ਤੋਂ ਵੀਰ ਨੇ ਕਮੈਂਟ ਕੀਤਾ ਵਾ, ਹਰਦੀਪ ਬੰਗੂ ਬਾਈ ਨੇ, ਕਿ ਕਬੂਤਰ ਗਰਮ ਕਿੱਦਾਂ ਕਰੀਦਾ ਵਾ। ਆਪਣਾ ਟੋਪਿਕ ਸ਼ੁਰੂ ਕਰਨ ਤੋਂ ਪਹਿਲੇ ਛੋਟਾ ਜਿਹਾ ਇਹਦਾ ਜਵਾਬ ਦੇ ਦਿੰਦੇ ਹਾਂ। ਵੀਰ ਜੀ ਮੈਂ ਪਹਿਲੇ ਵੀਡੀਓ ਦੇ ਚੁੱਕਾ, ਸ਼ਾਇਦ ਤੁਸੀਂ ਨਹੀਂ ਵੇਖੀ, ਟੋਟਲ ਵੀਡੀਓ ਪਰ ਪਟਾਈ ਤੋਂ ਲੈ ਕੇ ਗਰਮ ਕਰਨ ਤੱਕ, ਬਾਜ਼ੀ ਤੱਕ ਮੈਂ ਇੱਕ ਵੀਡੀਓ ਦੇ ਚੁੱਕਾ, ਅਤੇ ਤੁਸੀਂ ਉੱਥੇ ਚਲੇ ਜਾਓ, ਤੁਹਾਨੂੰ ਗਰਮ ਕਰਨ ਦਾ ਤਰੀਕਾ ਵੀ ਮਿਲ ਜਾਏਗਾ, ਕਬੂਤਰ ਛੱਡਣ ਦਾ ਵੀ ਤਰੀਕਾ ਮਿਲ ਜਾਏਗਾ। ਅਤੇ ਵੀਰ ਜੀ ਹਰ ਮੌਸਮ ਦਾ ਇੱਕੋ ਤਰੀਕਾ ਨਹੀਂ ਹੁੰਦਾ, ਹਰ ਮੌਸਮ ਦੀ ਇੱਕ ਗੋਲੀ ਨਹੀਂ ਹੁੰਦੀ, ਹਰ ਮੌਸਮ ਦਾ ਇੱਕ ਮੋੜ ਨਹੀਂ ਹੁੰਦਾ, ਹਰ ਮੌਸਮ ਦੀ ਵੱਖਰਾ ਵੱਖਰਾ ਖੇਲ ਪਾਣੀ ਹੈ, ਗੇਮ ਆ ਮੌਸਮ ਦੀ ਲਿਹਾਜ਼ ਨਾਲ। ਜਿੱਦਾਂ ਮੌਸਮ ਹੁੰਦਾ ਵਾ ਉੱਦਾਂ ਦੀ ਚੀਜ਼ ਦੇਈਦੀ ਹੈ ਕਬੂਤਰ ਨੂੰ, ਉੱਦਾਂ ਦੀ ਲਾਈ ਦੀ ਹੈ। ਅਤੇ ਵੀਰ ਜੀ ਅੱਜ ਇੱਕ ਗੱਲ ਦਾ ਬੜਾ ਦੁੱਖ ਹੋਇਆ ਵਾ, ਇੱਕ ਵੀਰ ਨੇ ਕਮੈਂਟ ਕੀਤਾ ਹੈ ਕਿ ਤੁਹਾਡਾ ਚੈਨਲ ਫਜ਼ੂਲ ਹੈ, ਗੱਲਾਂ ਵੀ ਫਜ਼ੂਲ ਨੇ ਅਤੇ ਤੁਹਾਡਾ ਚੈਨਲ ਹੀ ਫਜ਼ੂਲ ਹੈ। ਅਤੇ ਇਹ ਗੱਲ ਸੁਣ ਕੇ ਖੁਸ਼ੀ ਵੀ ਹੋਈ ਹੈ ਅਤੇ ਦੁੱਖ ਵੀ ਹੋਇਆ ਵਾ। ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਸਾਡੇ ਵਡੇਰੇ ਕਹਿੰਦੇ ਸੀ ਕਿ ਗੱਲਾਂ ਉਸੇ ਬੰਦੇ 'ਤੇ ਹੁੰਦੀਆਂ ਨੇ ਜਿਹਦੇ ਵਿੱਚ ਕੋਈ ਗੱਲ ਹੁੰਦੀ ਹੈ। ਅਤੇ ਦੁੱਖ ਇਸ ਗੱਲ ਦਾ ਵਾ ਕਿ ਨਾ ਤਾਂ ਇਸ ਬੰਦੇ ਨਾਲ ਮੈਨੂੰ ਕੋਈ ਮੁਖਾਲਫਤ ਸੀ ਅਤੇ ਨਾ ਹੀ ਇਹਨੂੰ ਮੈਂ ਜਾਣਦਾ ਵਾਂ, ਨਾ ਇਹ ਮੈਨੂੰ ਜਾਣਦਾ ਸੀ। ਬਹਰਹਾਲ ਕੋਈ ਨਹੀਂ, ਅੱਲਾ ਇਹਨੂੰ ਖੁਸ਼ ਰੱਖੇ, ਸਾਰੇ ਬ੍ਰਾਹਮਣ ਨੂੰ ਖੁਸ਼ ਰੱਖੇ। ਅਤੇ ਵੀਰ ਜੀ ਇਹ ਜਿਹੜੇ ਤੁਹਾਨੂੰ ਅਸੀਂ ਚੀਜ਼ਾਂ ਦੱਸਣੇ ਆ, ਇਹ 25 ਸਾਲ ਪੁਰਾਣੇ
30 साल पुराने राज ने जड़े असी हुण खोलने शुरू किए ने। इंटरव्यू तो वीर जी होर भी चैनलों ने मेरे बड़े लाए ने, लेकिन 25 साले पुराने राज, बल्कि 40-30 साल पुराने राज, 25 साल तो वीर जी मैनू हो गए बाजियां छड़दा नूं, ते 35 साल मेरी एज है वीर जी, मेरी उम्र है 40 साल। उदों वीर जी 8-9 साल मेरी उम्र सी जदों मैं कबूतरबाजी दे विच ते नहीं कबूतर रखण नूं होए सी। कबूतरबाजी उदों हुंदी है जदों कबूतर बाजियां छड़दा वा, ते कबूतरबाजी मैनू करदे नूं बाजियां छड़दा नूं 20 साल मैनू हो गए, 18-20 साल बाजियां छड़दा नूं। ते वीर जी हर हुनर दे पिछे कोई भी हुनर है उन्दे पिछे एक कामिल उस्ताद, अच्छे उस्ताद दा होना बहुत लाजमी है। अच्छा उस्ताद होएगा तो तुहानू अच्छी गाइड करेगा, अच्छियां गल्लां सुनन नूं मिलणगियां, ते तुहानू शौक अच्छा तुहाडे विच पैदा होएगा। ते वीर जी कुछ नीयत ते भी हुंदी आ, कुछ उस्तादां दी नीयत उस शागिरदां वास्ते किदां दी हुंदी आ, कोई किसे दी किदां दी हुंदी आ। अगर उस्ताद चाहे वीर जी ते बंदे नूं बचपन च भी छोटी उम्र ही उस्ताद बना दिंदा है, अगर अच्छे उस्ताद होण ते। ते वीर जी पंजे उंगलां इक्को नहीं हुंदियां, उस्तादां विच भी फर्क हन, शागिरदां विच भी अगे फर्क हन। सारा कसूर मैं उस्तादां दा भी नहीं बणांदा, कोई शागिरदां दे भी कसूर हुंदे ने। पाकिस्तान विच मैं एक शागिर्द बनाया वा, एक उन्हूं 3 साल मैं वल सिखाया, कबूतरबाजी गेम सिखाई है, 4th साल उन्हें मेरे मुखालिफ कबूतर छड़िया। बेशक वो सुनेगा मेरा इंटरव्यू भी सुनेगा। ते वीर जी इदां नहीं करनी चाहीदी, उस्ताद उस्ताद हुंदा है, वो शागिर्द कदी भी कामयाब नहीं हो सकता जड़ा उस्तादा नाल मुकाबले करदे ने। ते वीर जी साडी वीडियो एंड तक देखी करो, ये तुहाडे अगे गुजारिश है कि वीडियो अगे बजा के नहीं वेखनी, थोड़ी जी अगे बजा के, फिर थोड़ी जी अगे बजा के। वीर जी मैं सादा जिहा बंदा, सीधा बंदा वा, ते पंजाबी बंदा वा, ते ना ते वीडियो मैनू कट करनी आती, ते ना ही जिहड़े उत्ते पोस्टर लगे हुए हुंदे ने स्क्रीनां ते, क्या फलां चीज़ दा असी बारे दस्या वा, उहदे उत्ते फोटो चिपका दिंदे ने, मैनू कुछ भी नहीं आंदा वीर जी। मैं उही गल्लां करना जिहड़ियां मेरे दिल विच हुंदियां ने, ते जदों मैं वीडियो बनाना उसे टाइम अपलोड कर दिना। मैनू नहीं पता कि किदां कट हुंदी आ वीडियो, किदां विचों बरल। चलो अगे फिर मौजू स्टार्ट करने, ते तुहाडे अगे गुजारिश आ कि जितनियां भी मैं गल्लां करना वह सारियां उस ही मौजू दे विच होंदियां ने। जदों तक तुसी सारी वीडियो नहीं वेखोगे, तुहानू जिहड़ी चीज़ दसांगे उनका भी फायदा कोई नहीं होना। तुसी मैं तुहानू एक मिसाल दिंदा वां, तुहानू तुसी अगे मेरी वीडियो स्किप करके कि अगे कल्ली गोली वेख लैंदे हो कि उस्ताद केड़ी केड़ी चीज़ दसदा पिया, लेकिन पिछलियां गल्लां नहीं सुनोगे तो तुहानू उनका नहीं पता चलेगा किदां लाणियां, किहड़े टाइम देणियां, किहड़े कबूतर नूं देणियां। ते वीडियो स्टार्ट करने आ, तुहाडी अगों एक होर गुजारिश है कि तुसी बड़ा वीर जी तावन कीता वा, ते जदों तुसी वीडियो वेखदे हो थले एक शेयर दा निशान आंदा वा यूट्यूब ते, उत्थे तुसी क्लिक करके ते किसे भी अपने सज्जण मित्र ग्रुप विच थोड़ा जिहा शेयर करता करो, क्योंकि वीर जी ये तुहाडी मुहब्बत आ, तुहाडा खलूस आ, तुहाडा भाईचारा वा वीर जी। जिद्दां दी असीं गल्लां करने आ, मेरे ख्याल विच ते इदां दियां कोई नहीं दसदा। बाकी अल्लाह पाक हर उस्ताद नूं नसीहत देवे, हर शागिर्द नूं नसीहत देवे कि अगे वीडियो स्टार्ट करने वीर जी तुहानूं चीज़ां दसने आ। ते एक कॉमेंट आया वा कि वीडियो कबूतर नूं पलट सिखाओ उस्ताद जी। मैं पहले भी वीर जी वीडियो च दस गया वा कि यूट्यूबां ते बड़िया तरीके पए ने पलटन दे, लेकिन अज असीं आ कबूतर लै के आए वीर जी, इन्हां दा तुहानूं शौक भी करावांगे ते तुहानूं पलट के भी कबूतर विखावांगे कि किदां पलटीदा वा। ते बाकी स्टार्ट करने आ,
ਇਹ ਵੀਰ ਜੀ ਇੱਕ ਦੋ ਹੋਰ ਕਮੈਂਟ ਆਏ ਨੇ ਉੱਚੀ ਵਾਲੇ ਕਬੂਤਰ ਜਿਹਨੂੰ ਆਪਾਂ ਐਵਰੇਜ ਵਾਲੀ ਬਾਜ਼ੀਆਂ ਕਹਿੰਦੇ ਹਾਂ ਜਿਹੜੀ ਮੈਂ ਪਿਛਲੀ ਵਾਰੀ ਪਿਛਲੀ ਵੀਡੀਓ 'ਚ ਗੋਲੀ ਦੱਸ ਗਿਆ ਵਾਂ ਵੀਰ ਜੀ ਉਹ ਕਬੂਤਰ ਨੂੰ ਥੋੜ੍ਹਾ ਜਿਹਾ ਨਾ ਸਲੋ ਉਡਾਉਂਦੀ ਹੈ ਟਾਈਮ ਥੋੜ੍ਹਾ ਨਹੀਂ ਕਰਾਉਂਦੀ ਸਲੋ ਉਡਾਉਂਦੀ ਹੈ ਅਤੇ ਵਿਦ ਮੈਡੀਸਨ ਜਿਹੜੀ ਹੁੰਦੀ ਉਹ ਕਬੂਤਰ ਨੂੰ ਹਾਈ ਉਡਾਉਂਦੀ ਤੇਜ਼ ਉਡਾਉਂਦੀ ਹੈ ਅਤੇ ਉਹਦਾ ਹੋਰ ਹਿਸਾਬ ਹੁੰਦਾ ਦੇਸੀ ਗੋਲੀ ਦਾ ਹੋਰ ਹਿਸਾਬ ਹੁੰਦਾ ਇਹ ਵੀਰ ਜੀ ਜਿਹੜੀ ਪਿਛਲੀ ਮੈਂ ਗੋਲੀ ਦੱਸ ਕੇ ਗਿਆ ਵਾਂ ਉਹ ਛੱਤਰੀ ਵਾਲੇ ਕਬੂਤਰ ਕਬੂਤਰਾਂ ਨੂੰ ਇਸਤੇਮਾਲ ਤੁਸੀਂ ਜ਼ਿਆਦਾ ਕਰ ਸਕਦੇ ਹੋ ਐਵਰੇਜ ਵਾਲੇ ਬੰਦੇ ਵੀ ਕਰ ਸਕਦੇ ਨੇ ਬਹੁਤ ਜ਼ਿਆਦਾ ਕੰਮ ਦੇਵੇਗੀ ਲੇਕਿਨ ਉਹਦੇ ਵਿੱਚ ਮੈਡੀਸਨ ਜਿਹੜੀ ਹੈ ਨਾ ਉਹ ਮਿਕਸ ਕਰਨੀ ਆ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੀ ਮੈਡੀਸਨ ਮਿਕਸ ਕਰਕੇ ਤੁਸੀਂ ਲਾ ਸਕਦੇ ਹੋ ਅਤੇ ਅੱਜ ਦੀ ਵੀਰ ਜੀ ਅਸੀਂ ਗੋਲੀ ਦੱਸਦੇ ਪਏ ਹਾਂ ਜਿਹੜੀ ਮੈਡੀਸਨ ਵਿਦ ਦੇਸੀ ਅਤੇ ਜਿਹੜਾ ਕਬੂਤਰ ਵੀਰ ਜੀ ਤੁਹਾਡਾ 12 ਕਰਦਾ ਹੈ ਬੇਸ਼ੱਕ 11 ਵਜੇ ਤੱਕ ਉੱਡਦਾ ਹੈ ਲੇਕਿਨ ਪਾਣੀ ਵਿੱਚ ਚੱਕਦਾ ਹੋਵੇ ਤੁਹਾਡਾ ਕਬੂਤਰ ਕੱਚੀਆਂ ਫੜਕਿਆਂ 'ਚ ਨਾ ਹੋਵੇ ਬਸ਼ਰਤ ਤੁਹਾਡਾ ਕਬੂਤਰ ਪਾਣੀ ਚੱਕਦਾ ਹੋਵੇ ਉਹਨੂੰ ਤੁਸੀਂ ਦੇ ਕੇ ਤਾਂ 5 ਵਾਲੇ ਘੰਟੇ ਤੁਹਾਨੂੰ ਇਨਸ਼ਾਅੱਲਾ ਇਹ ਗੋਲੀ ਤੁਹਾਡੇ ਕਬੂਤਰ ਨੂੰ ਲਿਜਾਵੇਗੀ ਵੀਰ ਜੀ ਇਹਦੇ ਵਿੱਚ ਨੇ ਦੁਆਲ ਮਿਕਸ ਬਾਅਦ ਵਿੱਚ ਤੁਹਾਨੂੰ ਚੀਜ਼ਾਂ ਵਜ਼ਨ ਦੱਸਾਂਗੇ ਪਹਿਲੇ ਤੁਸੀਂ ਚੀਜ਼ਾਂ ਨੋਟ ਕਰੋ ਦੂਸਰੇ ਨੰਬਰ 'ਤੇ ਗੋਦੰਤੀ ਦੁਆਲ ਮਿਕਸ ਗੋਦੰਤੀ ਤੀਸਰੇ ਨੰਬਰ 'ਤੇ ਸ਼ਾਖ ਮਰਜਾਨ ਤਿੰਨ ਚੀਜ਼ਾਂ ਚੌਥੇ ਨੰਬਰ 'ਤੇ ਵੀਰ ਜੀ ਬਾਰਾਂ ਸਿੰਘਾਂ ਚਾਰ ਪੰਜਵੀਂ ਪੰਜਵੀਂ ਚੀਜ਼ ਆਉਂਦੀ ਹੈ ਫਟਕੜੀ ਛੇਵੀਂ ਚੀਜ਼ ਆਉਂਦੀ ਹੈ ਸ਼ਿੰਗਰਾ ਸੱਤਵੀਂ ਚੀਜ਼ ਆਉਂਦੀ ਹੈ ਛੋਟੀ ਇਲਾਚੀ ਇਹਨਾਂ ਦੇ ਵੀਰ ਜੀ ਤੁਹਾਨੂੰ ਬਾਅਦ ਵਿੱਚ ਵਜ਼ਨ ਦੱਸਾਂਗੇ ਕਿਵੇਂ ਕਿਵੇਂ ਚੀਜ਼ਾਂ ਪਾਉਣੀਆਂ ਨੇ ਕਿਵੇਂ ਰਗੜਾਈ ਕਰਨੀ ਅਤੇ ਕਿਹੜੇ ਕਬੂਤਰ ਨੂੰ ਦੇਣੀ ਹੈ ਅਤੇ ਕਿਹੜੇ ਟਾਈਮ ਦੇਣੀ ਹੈ ਗਰਮ ਕਿੱਦਾਂ ਦਾ ਕਰਨਾ ਵਾ ਛੋਟੀ ਇਲਾਚੀ ਤੋਂ ਬਾਅਦ ਵੀਰ ਜੀ ਆਉਂਦੀ ਹੈ ਮਾਡਰਨ ਗੋਲੀ ਇੰਗਲਿਸ਼ ਮਾਡਰਨ ਤੋਂ ਬਾਅਦ ਆ ਜਾਂਦੀ ਹੈ ਵੀਰ ਜੀ ਕਾਰਮੀਨਾ ਗੋਲੀ ਟੇਬਲੇਟ ਖੁੱਲ੍ਹੀ ਮਿਲਦੀ ਹੈ ਵੀਰ ਜੀ ਹਮਦਰਦ ਵਾਲਾਂ ਦੀ ਸਾਵੀ ਜੇ ਡੱਬੀ ਹੁੰਦੀ ਹੈ ਗ੍ਰੀਨ ਉਹਦੇ ਵਿੱਚ ਤੁਸੀਂ ਗੋਲੀਆਂ ਲੈਣੀਆਂ ਨੇ ਉਹਦੇ ਤੋਂ ਬਾਅਦ ਵੀਰ ਜੀ ਆ ਗਈ ਕੱਚੀ ਹਫੀਮ ਇਹ ਵੀਰ ਜੀ ਚੀਜ਼ਾਂ ਮੁਕੰਮਲ ਹੋ ਗਈਆਂ ਉਹਦੇ ਤੋਂ ਬਾਅਦ ਆਉਂਦਾ ਹੈ ਖਮੀਰਾ ਅਬਰੇਸ਼ਮ ਇਹ ਵੀਰ ਜੀ ਦੁਆਲ ਮਿਕਸ ਜਿਹੜੀ ਇਹ ਤੁਸੀਂ ਲੈਣੀ ਆ ਇੱਕ ਬਦਾਮ ਦੀ ਗਿਰੀ ਬਰਾਬਰ ਅੱਛੀ ਕੁਆਲਿਟੀ ਦੀ ਮੈਂ ਜਿਹੜੀ ਵੀਰ ਜੀ ਯੂਜ਼ ਕਰਨਾ ਨਾ ਖੁਦ ਉਹ ਪਾਕਿਸਤਾਨ ਤੋਂ ਮਿਲਦੀ ਹੈ ਉਹਦਾ ਨਾਮ ਆ ਅਸ਼ਰਫ ਕੰਪਨੀ ਅਸ਼ਰਫ ਅਤੇ ਜਿਹੜੇ ਮੇਰੇ ਵੀਰ ਮੇਰੇ ਬਾਹਰ ਵਾਲੀ ਕੰਟਰੀ ਦੇ ਆ ਅਗਰ ਉਹਨਾਂ ਨੂੰ ਹਮਦਰਦੀ ਮਿਲ ਜਾਵੇ ਤਾਂ ਬੈਸਟ ਆ ਅਗਰ ਕੋਈ ਹੋਰ ਤੁਹਾਨੂੰ ਪਤਾ ਹੋਵੇ ਕਿ ਇਸ ਤੋਂ ਵੀ ਅੱਛੀ ਕੋਈ ਕੰਪਨੀ ਤੁਸੀਂ ਲੈ ਸਕਦੇ ਹੋ ਦੂਸਰੇ ਨੰਬਰ 'ਤੇ ਆ ਜਾਂਦੀ ਹੈ ਗੋਦੰਤੀ ਤਿੰਨ ਮਾਸ਼ਾ ਉਹਦੇ ਤੋਂ ਬਾਅਦ ਆ ਜਾਂਦੀ ਸ਼ਾਖ ਮਰਜਾਨ ਇਹ ਵੀ ਵੀਰ ਜੀ ਤੁਸੀਂ ਤਿੰਨ ਮਾਸ਼ਾ ਲੈਣਾ ਵਾ ਉਹਦੇ ਤੋਂ ਬਾਅਦ ਬਾਰਾਂ ਸਿੰਘਾ ਇੱਕ ਮਾਸ਼ਾ ਉਹਦੇ ਤੋਂ ਬਾਅਦ ਸ਼ਿੰਗਰਾਫ ਆ ਜਾਂਦੀ ਹੈ ਵੀਰ ਜੀ ਉਹ ਵੀ ਤੁਸੀਂ ਇੱਕ ਮਾਸ਼ਾ ਲੈਣੀ ਆ ਇਹ ਵੀਰ ਜੀ ਅਗਰ ਫਿਰ ਤੁਹਾਨੂੰ ਅੱਗੇ ਤਰੀਕਾ ਦੱਸਦੇ ਹਾਂ ਪਹਿਲੇ ਚੀਜ਼ਾਂ ਨਾ ਭੁੱਲ ਜਾਈਏ ਸ਼ਿੰਗਰਾਫ ਆ ਗਈ ਇੱਕ ਮਾਸ਼ਾ ਉਹਦੇ ਤੋਂ ਬਾਅਦ ਵੀਰ ਜੀ ਸੋਰੀ ਮੈਂ ਅੱਗੇ ਫਟਕੜੀ ਫੁੱਲਾ ਭੁੱਲ ਗਿਆ ਸੀਗਾ ਸ਼ਾਇਦ ਦੱਸ ਗਿਆ ਵਾਂ ਜਾਂ ਨਹੀਂ ਦੱਸੀ ਫਟਕੜੀ ਫੁੱਲਾ ਤਿੰਨ ਮਾਸ਼ਾ ਵੀਰ ਜੀ ਫਟਕੜੀ ਤੁਸੀਂ ਲੈਣੀ ਆ ਸਾਬਤ ਤਿੰਨ ਮਾਸ਼ਾ ਤੋਲ ਕੇ ਦੇਵੇਗਾ ਤੁਹਾਨੂੰ ਪੰਸਾਰੀ ਉਹਨੂੰ ਤੁਸੀਂ ਤਵੇ 'ਤੇ ਰੱਖ ਕੇ ਅਤੇ ਪਹਿਲੇ ਬਣੇਗੇ ਲਿਕੁਇਡ ਅੱਗ ਤੁਸੀਂ ਤੇਜ਼ ਕਰ ਦੇਣੀ ਹੈ ਥੱਲੇ ਪਹਿਲੇ ਉਬਾਲੇ ਖਾਵੇਗਾ ਬੁਲਬਲੇ ਜਿਹੇ ਬਣਨਗੇ ਉਹਦੇ ਤੋਂ ਬਾਅਦ ਉਹ ਖੁਸ਼ਕ ਹੁੰਦੀ ਜਾਏਗੀ ਜਦੋਂ ਬੁਲਬਲੇ ਖਤਮ ਹੋ ਜੂ ਥੱਲੇ ਤਾਂ ਇੱਕ ਰੋੜੀ ਜੀ ਬਣ ਜਾਏਗੀ ਸਖ਼ਤ ਰੋੜੀ ਜਦੋਂ ਵੀਰ ਜੀ ਤੁਸੀਂ ਉਹ ਚੱਕੋਗੇ ਤਾਂ ਹੱਥ ਨਾਲ ਬੁਰ ਜਾਏਗੀ ਉਹੀ ਤੁਸੀਂ ਤਿੰਨ ਮਾਸ਼ਾ ਪਾਣੀ
फटकड़ी तो बाद वीर जी आ गई छोटी इलाची, इन्हें वीर जी सिर्फ पांच दाने, ये तुसी वीर जी भिगो के रखनी आ छोटी इलाची, तो सुबह इन्हें जो तुसी गोली बनानी है ओही दाने काट के कपड़े विच पा के इदा मसल लेने आ दाने, मसल के उन्दे उत्ते वीर जी एक हुंदा वा कवर किदा कहंदे आ कुछ भी कह सकते हैं विचू दिन साफ दाना निकलेगा जड़ा उत्ते छिलका जिहा हुंदा वा दाने दे ओ तुसी कपड़े विच मलोगे ना तो लथ जाएगा। उन्दे तो बाद वीर जी तुसी रखना वा दोबते, दोबते रख के जदों खुश्क हो जावे उदों तुसी ओ रगड़ाई करनी है। छोटी इलाची तो बाद आ गई मॉडर्न गोलियां, ये वीर जी लैनी है तुसी तीन अदद। तो वीर जी एक मैं तुहानू बड़ी कम दी गल दसा, कुछ वीर होंदे ने पत्ते लैके रख देंदे ने गोलियां दे, लेकिन वो तीन तीन चार चार साल पै रहिंदे ने, वीर जी इहदा एक या दो साल हुंदा वा, ये तो बाद एक्सपायर हो जाती है, गोली कम नहीं देंदी। तुसी कोशिश करनी है कि एक्सपायरी डेट चेक करके जदों भी कोई भी मेडिसन यूज करो एक्सपायरी डेट चेक करके करनी चाहिए। उन्दे तो बाद वीर जी आ गई सॉरी जिहड़ी लैनी है ना मॉडर्न गोली, जदों भी तुसी गोली बनानी है पानी दे विच पा के ते इन्दे उत्ते लाल कलर हुंदा वा ओ तुसी ला लेना वा कैमिकल, वो लथ के तुसी धुप पे रखोगे तो वह 8-10 मिनटा च खुश्क हो जाएगी, उन्हें तो बाद तुसी रगड़ाई कर सको। उन्हें तो बाद वीर जी कारमीना, ये तुसी लैनी वीर जी दो, ये भी तुसी वीर जी विच रगड़ाई करनी है। उन्हें तो बाद अफीम आ गई कच्ची अफीम चने बराबर। उन्हें तो बाद वीर जी जिहड़ियां खुश्क चीज़ा ने पहले रगड़ाई करनी, जिहड़ियां लिक्विड टाइप चीज़ा ने वह इहदे विच बाद विच मिक्स करनियां ने, ते खमीरा अबरेशम पा के उन्ना खमीरा अबरेशम पाना वा जितने दे विच गोलियां वटियां जान बन जान, वो तुहानू भी पता होगा कि गोलियां इन्ने असी पा लिया वा खमीरा ते बन गई ने, उन्हू फिर महफूज करके ते तुसी रख सकते हो। याद आ गया वीर जी एक मैं पिछली वीडियो विच छोटी इलायची बोल गया सी, उनका मिकदार दसना जो देसी गोली बना दसी है ना पिछली वीडियो विच, ते चार पांच कमेंट आए ने माशाल्लाह अपनी वीडियो ते बड़े बंदा ने वेखिया, लेकिन कुछ बंदा नू कॉन्टैक्ट नंबर नहीं मिलिया, माजरत दे साथ असी दसदे पया जी पांच इलायचियां पांच अदद इलायची देसी गोली विच भी पानी आ। तो अगर वीर जी तुसी ज़्यादा हाई परवाज लेना चाहो तो उन्दे विच्चू देसी गोली जड़ी बनानी ना तुसी, उन्दे विच्चू वीर जी तुसी एक बदाम दी गिरी बराबर जो तुसी गोली बना लोगो, पिछली वीडियो जड़ी दस गया सी वीडियो उन दी गल करदा पिया, उन्दे विच्चू वीर जी तुसी एक गिरी बराबर लेना वा, वह मुकम्मल देसी है उन्हें मेडिसन को नहीं, गिरी बराबर लैके उन्हें वीर जी एक मोतीवाल एक मॉडर्न एक कारबीना एक एवल ये गोलियां मिला के वीर जी ते तुसी कबूतर नूं उच्ची आले दे सकते हो, वो फिर हाई परवाज करेगा तेज परवाज करेगा। तो वीर जी तुसी वह गोली क्यों नहीं दे सकते इस गल का भी मैं तुहानू दसना वा, क्योंकि वीर जी तुसी कबूतर छड़ देंदे हो, जदों तुहाडा कबूतर उत्तों टुट के आंदा है तुसी मार कुटाई कबूतर नू नहीं कर सकते, ते वह वीर जी कबूतर नू खोरदी नहीं, जिहड़ी देसी गोली दसी सीगी वह कबूतर नू नहीं खोरदी, अंदरों पूरा ही हुंदा है कबूतर, ते इस वास्ते कहंदा पिया वा कि जिहड़ी देसी गोली आ ਇਹ ਛੱਤਰੀ ਵਾਲੇ ਜ਼ਿਆਦਾ ਯੂਜ਼ ਕਰ ਸਕਦੇ ਨੇ, ਕਿਉਂਕਿ ਕਬੂਤਰ 12-1 ਵਜੇ ਜਦੋਂ ਟੁੱਟ ਕੇ ਆਉਂਦਾ ਹੈ ਆਪਾਂ ਥੱਲੂ ਪੱਲਾ ਵੀ ਮਾਰ ਦਿੰਦੇ ਹਾਂ ਡਰਾ ਵੀ ਦਿੰਦੇ ਹਾਂ ਫਿਰ ਕਬੂਤਰ ਹਟ ਜਾਂਦਾ ਹੈ। ਅਤੇ ਇਸ ਵੀਰ ਜੀ ਜਿਹੜੀ ਗੋਲੀ ਹੁਣ ਦੱਸੀ ਆ ਇਹਦਾ ਜੀ ਤਰੀਕਾਕਾਰ ਹੈ ਸਾਰੀਆਂ ਚੀਜ਼ਾਂ ਮਿਕਸ ਕਰਕੇ ਇੱਕ ਰੋੜਾ ਬਣੇਗਾ ਅੰਡੇ ਅੰਡੇ ਬਰਾਬਰ, ਮੁਰਗੀ ਦੇ ਅੰਡੇ ਤੋਂ ਥੋੜ੍ਹਾ ਜਿਹਾ ਘੱਟ ਹੁੰਦਾ ਵਾ ਥੋੜ੍ਹਾ ਜਿਹਾ ਜ਼ਿਆਦਾ ਵੀ ਬਣ ਜਾਂਦਾ ਵਾ, ਬਣਾ ਕੇ ਤਾਂ ਸ਼ੀਸ਼ੇ ਦੇ ਕਿਸੇ ਵੀ ਚੀਜ਼ ਸਾਫ ਦੇ ਵਿੱਚ ਤੁਸੀਂ ਮਹਿਫੂਜ਼ ਕਰਕੇ ਰੱਖ ਲੈਣਾ ਵਾ,
ਤੇ ਵੀਰ ਜੀ ਜਦੋਂ ਤੁਸੀਂ ਕਬੂਤਰ ਗਰਮ ਕਰਨਾ 6 ਵਜੇ ਆਪਾਂ ਕਬੂਤਰ ਨੂੰ ਗਰਮ ਕਰ ਦਿੰਦੇ ਹਾਂ, ਗਰਮੀ ਜ਼ਿਆਦਾ ਹੈ ਤਾਂ ਆਪਾਂ 5 ਵਜੇ ਵੀ ਕਰ ਲੈਂਦੇ ਹਾਂ, ਕੁਝ ਬੰਦੇ ਅਸੀਂ ਤਾਂ 4 ਵਜੇ ਵੀ ਕਰ ਲੈਂਦੇ ਹਾਂ, ਉਹਦਾ ਕੋਈ ਇਸ਼ੂ ਨਹੀਂ ਹੁੰਦਾ, ਤੁਸੀਂ 4 ਵਜੇ ਕਰ ਲਓ, 5 ਵਜੇ, 6 ਵਜੇ, ਲੇਕਿਨ 5 ਵਜੇ ਤੋਂ ਪਹਿਲੇ ਪਹਿਲੇ ਕਬੂਤਰ ਗਰਮੀ 'ਚ ਗਰਮ ਕਰਨਾ ਚਾਹੀਦਾ ਵਾ। ਜਦੋਂ ਤੁਸੀਂ ਗਰਮ ਕਰ ਲੈਂਦੇ ਹੋ ਤਾਂ ਤੁਸੀਂ 2 ਘੰਟੇ ਕਬੂਤਰ ਨੂੰ ਦੱਬੂ ਲਾ ਕੇ ਰੱਖਦੇ ਹੋ। ਵੀਰ ਜੀ ਅਗਰ ਤੁਹਾਨੂੰ ਇਸ ਗੱਲ ਸਮਝ ਨਾ ਆਵੇ ਤਾਂ ਮੇਰੀ ਪਿਛਲੀ ਵੀਡੀਓ ਚਲੇ ਜਾਇਆ ਜੀ, ਮੈਂ ਸਾਰਾ ਗਰਮ ਕਰਨ ਦਾ ਤਰੀਕਾ ਦੱਸਾਂ ਵਾ, ਇਹੀ ਤਰੀਕਾ ਕਰਨਾ ਵਾ ਗਰਮ ਕਰਨ ਦਾ। ਜਦੋਂ ਤੁਸੀਂ ਕਬੂਤਰ ਕੱਢਣਾ ਹੈ, ਕਬੂਤਰ ਨੂੰ ਕੱਢ ਕੇ ਇਹ ਵੀਰ ਜੀ ਕਾਲੀ ਮਿਰਚ ਦਾਣੇ ਬਰਾਬਰ ਕਬੂਤਰ ਨੂੰ ਕੱਢ ਕੇ ਦੇ ਕੇ ਅਤੇ ਉੱਤੋਂ 10 CC ਪਾਣੀ ਦੇ ਦੇਣਾ ਵਾ। ਅਤੇ ਵੀਰ ਜੀ ਫਿਰ ਜਦੋਂ ਤੁਸੀਂ ਪਲਟ ਕਰਨੀ ਹੈ, ਪਲਟ ਕਰਕੇ ਉੱਤੋਂ ਬਣਿਆ ਪਾਣੀ ਵੀ ਦੇ ਸਕਦੇ ਹੋ, ਉਹ ਵੀ ਮੈਂ ਵੀਰ ਜੀ ਪਿੱਛੇ ਦੱਸ ਗਿਆ ਵਾਂ। ਤੁਸੀਂ ਅਗਰ ਪਾਣੀ ਭਿਗੋ ਕੇ ਰੱਖਦੇ ਹੋ ਉਹਦੇ ਵਿੱਚ 5 CC ਤੁਸੀਂ ਉੱਥੋਂ ਪਾਣੀ ਲੈਣਾ ਅਤੇ 10 CC ਤੁਸੀਂ ਸਾਦਾ ਮਿਕਸ ਕਰਕੇ ਫਿਰ ਉਹਦੇ ਵਿੱਚੋਂ ਤੁਸੀਂ ਪਲਟ ਕੇ 10 CC ਦੇ ਸਕਦੇ ਹੋ। 10 CC ਦੇ ਕੇ ਕਬੂਤਰ ਨੂੰ ਰੱਖ ਕੇ ਸੁਬਾਹ ਇਹ ਗੋਲੀ ਖੁੱਲ੍ਹੀ ਦੇਣੀ ਹੈ ਅਤੇ ਇਨਸ਼ਾਅੱਲਾ ਤੁਹਾਡਾ ਕਬੂਤਰ 5 ਵਾਲੇ ਘੰਟੇ 'ਚ ਜ਼ਰੂਰ ਵੜੇਗਾ। ਅਗਰ ਤੁਹਾਡਾ ਕਬੂਤਰ ਅੰਦਰੋਂ ਫਿੱਟ ਹੈ ਅਤੇ ਸਾਡੇ ਚੈਨਲ ਨੂੰ ਤੁਹਾਡੇ ਅੱਗੇ ਫੇਰ ਗੁਜ਼ਾਰਿਸ਼ ਕਰਨੇ ਹਾਂ ਕਿ ਨਵੇਂ ਆਉਣ ਵਾਲੇ ਵੀਵਰਸ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ, ਅਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਉਹ ਵੀਰ ਜੀ ਥੋੜ੍ਹਾ ਜਿਹਾ ਤਕਲੀਫ ਕੀਤੀ ਕਰੋ ਕਿ ਥੋੜ੍ਹਾ ਜਿਹਾ ਸ਼ੇਅਰ ਕਰ ਦਿੱਤਾ ਕਰੋ। ਅਤੇ ਅਗਲੀ ਵੀਡੀਓ ਇਨਸ਼ਾਅੱਲਾ ਕਮੈਂਟ ਪੜਾਂਗੇ ਕਿ ਕਿੱਦਾਂ ਦੀ ਦੇਣੀ ਆ। ਅਤੇ ਇਸ ਵੀਡੀਓ ਦੇ ਐਂਡ ਵਿੱਚ ਸਾਰੇ ਵੀਰਾਂ ਨੂੰ ਸ਼ੁਕਰੀਆ, ਅੱਲਾ।